ਇਕ ਭੁੱਲਣੇ ਉੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਭ ਮ੍ਰਿਗ ਤishna ਪੇਖ ਭੁੱਲਣੇ ਉੱਠੇ ਨਗਰ ਗੰਧਰਬ ਜਿਨੀ ਸੱਚ ਅਰਾਧਿਆ ਨਾਨਕ ਮਨ ਤਨ ਫਭ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਲੜੀਵਾਰ ਬਾਣੀ ਸ਼ਲੋਕ 12 ਦੇ ਵਿਦੀਕ ਜਿਸ ਦੀ ਆਪਾਂ ਵਿਚਾਰ ਸਾਂਝੀ ਕਰਦੇ ਆ ਰਹੇ ਹਾਂ ਤਿਸ ਲੜੀ ਦੇ ਤਹਿਤ ਸ਼ਹੀਦਾਂ ਦੇ ਸਿਰਤਾਜ ਗੁਰੂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ 14 ਨੰਬਰ ਸ਼ਲੋਕ ਜਿਸ ਦਾ ਪਾਠ ਆਪਾਂ ਬਹੁਤ ਪਿਆਰ ਨਾਲ ਸਰਵਣ ਕੀਤਾ ਹੈ ਇਸ ਸ਼ਲੋਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1425 ਦੇ ਉੱਪਰ ਸੁਭਾਏਮਾਨ ਹੈ ਸਤਿਗੁਰ ਜੀ ਨੇ ਇਸ ਪਾਵਨ ਸ਼ਲੋਕ ਵਿੱਚ ਮ੍ਰਗ ਦੀ ਹਿਰਨ ਦੀ ਐਗਜ਼ੈਂਪਲ ਦੇ ਕੇ ਇਸ ਸੰਸਾਰ ਵਿੱਚ ਵੱਸਣ ਵਾਲੇ ਜੀਵਨ ਨੂੰ ਬਹੁਤ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਜਿਵੇਂ ਹਿਰਨ ਜਦੋਂ ਉਹਨੂੰ ਭੁਲੇਖਾ ਪੈਂਦਾ ਹੈ ਕਿ ਉਹ ਅੱਗੇ ਪਾਣੀ ਹੈ ਜਿਹਨੂੰ ਠੱਗ ਨੀਰਾ ਆਖਿਆ ਹੈ ਬਾਣੀ ਦੇ ਵਿੱਚ ਤੋ ਆਪਣੇ ਪੱਟਾਂ ਦਾ ਯੋਰ ਲਾ ਕੇ ਜਿੰਨਾ ਉਹਦੇ ਕੋਲ ਜਿੰਨੀ ਉਹਦੇ ਕੋਲ ਤਾਕਤ ਹੈ ਇੰਜ ਕਹਿ ਲਓ ਉਹ ਫੋਨ ਤਾਕਤ ਲਾ ਦਿੰਦਾ ਹੈ ਔ ਅੱਗੇ ਪਾਣੀ ਹੈ ਜਦੋਂ ਉੱਥੇ ਜਾਂਦਾ ਹੈ ਤਾਂ ਇੱਕ ਛਲ ਹੁੰਦਾ ਹੈ ਭੁਲੇਖਾ ਹੁੰਦਾ ਹੈ ਪਾਣੀ ਉੱਥੇ ਵੀ ਨਹੀਂ ਹੁੰਦਾ ਇਸ ਨੂੰ ਬਾਣੀ ਵਿੱਚ ਮ੍ਰਿਗ ਤishna ਆਖਿਆ ਇਹ ਮ੍ਰਿਗ ਤishna ਦੀਆਂ ਐਗਜ਼ੈਪਲਾਂ ਦੇ ਦੇ ਕੇ ਸਤਗੁਰ ਜੀ ਨੇ ਜੀਵ ਨੂੰ ਸਮਝਾਇਆ ਕਿ ਭਾਈ ਤੈਨੂੰ ਵੀ ਇੰਜ ਭੁਲੇਖਾ ਪੈਂਦਾ ਜਿਵੇਂ ਹਿਰਨ ਨੂੰ ਇਹ ਭੁਲੇਖਾ ਪੈਂਦਾ ਜਿੱਥੇ ਹਿਰਨ ਖਲੋਤਾ ਹੁੰਦਾ ਹੈ ਉੱਥੇ ਜਦੋਂ ਦੂਰ ਤੱਕ ਉਹਦੀ ਨਿਗਾਹ ਪੈਂਦੀ ਹੈ ਉਹਨੂੰ ਇੰਜ ਲੱਗਦਾ ਵੀ ਅੱਗੇ ਪਾਣੀ ਹੈ ਤੇ ਅੱਗੇ ਜਾਵਾਂਗਾ ਮੇਰੀ ਪਿਆਸ ਬੁਝ ਜਾਏਗੀ ਕਿ ਉਹ ਪੂਰੀ ਤਾਕਤ ਲਾ ਦਿੰਦਾ ਹੈ ਉਸ ਪਾਣੀ ਤੱਕ ਪਹੁੰਚਣ ਲਈ ਪਰ ਜਦੋਂ ਪੂਰਾ ਜੋਰ ਲਾ ਕੇ ਉਸ ਜਗ੍ਹਾ ਤੇ ਪਹੁੰਚਦਾ ਹੈ ਉੱਥੇ ਹੁੰਦਾ ਕੁਝ ਵੀ ਨਹੀਂ ਸੇਮ ਇਦਾਂ ਹੀ ਮਨੁੱਖ ਨੂੰ ਇੰਜ ਲੱਗਦਾ ਹੈ ਕਿ ਜਿੱਥੇ ਮੈਂ ਖਲੋਤਾ ਇੱਥੇ ਸੁੱਖ ਨਹੀਂ ਹੈ ਸੁੱਖ ਅੱਗੇ ਹੈ ਪੂਰੀ ਤਾਕਤ ਲਾਉਂਦਾ ਉੱਥੇ ਪਹੁੰਚਣ ਲਈ ਜਦੋਂ ਉੱਥੇ ਪਹੁੰਚਦਾ ਹੈ ਤਾਂ ਸੁੱਖ ਉੱਥੇ ਹੁੰਦਾ ਹੀ ਨਹੀਂ ਕਿਉਂਕਿ ਸੁੱਖ ਪਦਾਰਥਾਂ ਵਿੱਚ ਨਹੀਂ ਹੈ ਜਿਵੇਂ ਧਗ ਨੀਰੇ ਨੂੰ ਵੇਖ ਕੇ ਹਿਰਨ ਭਲੇਖੇ ਚ ਆ ਜਾਂਦਾ ਏ ਇਦਾਂ ਹੀ ਸਤਿਗੁਰੂ ਜੀ ਨੇ ਇਥੇ ਐਗਜ਼ਾਮਪਲ ਦਿੱਤੀ ਹੈ ਗੰਦਰਬਨਗਰ ਦੀ ਹਰਚੰਦੌਰੀ ਭਾਵ ਸ਼ਲਾਵਾ ਜਿਹਨੂੰ ਕਹਿ ਸਕਦੇ ਆ ਜਿਹਨੂੰ ਆਪਾਂ ਹਵਾਈ ਕਿਲਾ ਕਹਿ ਸਕਦੇ ਆ ਵੀ ਹਵਾਈ ਕਿਲੇ ਬਣਾਨੇ ਜਿਵੇਂ ਕਈ ਵਾਰੀ ਆਪਾਂ ਕਹਿੰਦੇ ਹਵਾਈ ਕਿਲੇ ਗੱਲਾਂ ਕਰਾ ਲਓ ਮਨੁੱਖ ਦੇ ਕੋਲ ਅਸਮਾਨ ਨੂੰ ਟਾਕੀਆਂ ਲਵਾ ਲਓ ਹਰਚੰਦੌਰੀ ਇੱਕ ਨਗਰੀ ਮੰਨੀ ਗਈ ਹੈ ਜਿੱਦ ਦੀ ਐਗਜ਼ਾਮਪਲ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਵੀ ਦਿੱਤੀ ਹੈ ਹਰਚੰਦੌਰੀ ਝਾਤ ਵਸਾਏ ਉਚਾਲੀਆਂ ਜਿਹੜੀ ਆਪਾਂ ਪੌੜੀ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ Diwali ਕੀ ਰਾਤ ਦੀਵੇ ਬਾਲੀਆਂ ਤਾਰੇ ਜਾਤ ਸਨਾਤ ਅੰਬਰ ਪਰ ਉਹਦੇ ਵਿੱਚ ਹੀ ਇੱਕ ਪੰਕਤੀ ਹੈ ਹਰ ਚੰਦੌਰੀ ਝਾਤ ਵਸਾਏ ਉਚਾਲੀਆਂ ਜਿਹੜੀ ਹਰ ਚੰਦੌਰੀ ਇੱਕ ਨਗਰੀ ਮੰਨੀ ਗਈ ਜੋ ਹੈ ਨਹੀਂ ਹੈ ਇਦਾਂ ਹੀ ਹਿਰਨ ਨੂੰ ਇਹ ਭਲੇਖਾ ਪੈਂਦਾ ਵੀ ਅੱਗੇ ਪਾਣੀ ਹੈ ਵਾਸਤਵ ਵਿੱਚ ਉੱਥੇ ਪਾਣੀ ਹੈ ਹੀ ਨਹੀਂ ਮਨੁੱਖ ਨੂੰ ਵੀ ਇਹ ਭਲੇਖਾ ਪੈਂਦਾ ਵੀ ਆਹ ਪਦਾਰਥ ਮਿਲਣਾ ਮੈਨੂੰ ਸੁੱਖ ਮਿਲਣਾ ਹੈ ਆਹ ਪਦਾਰਥ ਮਿਲਣਾ ਮੈਨੂੰ ਸੁੱਖ ਮਿਲਣਾ ਹੈ ਆਹ ਪਦਾਰਥ ਮੇਰੇ ਕੋ ਆ ਜਾਏਗਾ ਤਾਂ ਮੈਂ ਸੁਖੀ ਹੋ ਜਾਵਾਂਗਾ ਜਦੋਂ ਨਹੀਂ ਹੁੰਦਾ ਉਹਨੂੰ ਇੰਜ ਭਲੇਖਾ ਪੈਂਦਾ ਹੈ ਕਿ ਇਹ ਪਦਾਰਥ ਦਾ ਨਾ ਹੋਣਾ ਮੇਰੇ ਕੋਲ ਦੁੱਖਾਂ ਦਾ ਕਾਰਨ ਹੈ ਪਰ ਜਦੋਂ ਉਹਦੇ ਕੋਲ ਪਦਾਰਥ ਆ ਜਾਂਦੇ ਨੇ ਸੁੱਖ ਫੇਰ ਵੀ ਨਹੀਂ ਆਉਂਦਾ ਕਿਉਂ ਕਿਉਂਕਿ ਇਹਨੂੰ ਬਾਣੀ 'ਚ ਇਹ ਆਖਿਆ ਹੈ ਕਿ ਤੂੰ ਸੱਚ ਦਾ ਪੱਲਾ ਛੱਡ ਕੇ ਸੱਚ ਨਾਲੋਂ ਨਾਤਾ ਤੋੜ ਕੇ ਭਾਈ ਜਿਨ੍ਹਾਂ ਪਦਾਰਥਾਂ ਵਿੱਚੋਂ ਸੁੱਖ ਲੱਭਦਾ ਪਿਆ ਹੈ ਇਹ ਤਰੀਕ ਤ੍ਰਿਸ਼ਨਾ ਹਿਰਨ ਵਰਗੀ ਹੈ ਹੋਰ ਕੁਝ ਵੀ ਨਹੀਂ ਸਤਗੁਰ ਜੀ ਨੇ ਇਸ 14 ਨੰਬਰ ਸ਼ਲੋਕ ਵਿੱਚ ਉਪਦੇਸ਼ ਦਿੱਤਾ ਹੈ ਮ੍ਰਿਗ ਤਿਸ਼ਨਾ ਪੇਖ ਭੁੱਲਣੇ ਹੁਣ ਗੱਲ ਇੱਥੇ ਨਾ ਹਿਰਨ ਦਾ ਵਰਤਿਆ ਹੈ ਮਿਰਗ ਦਾ ਵਰਤਿਆ ਹੈ ਪਰ ਸਮਝਾਇਆ ਮਨੁੱਖ ਨੂੰ ਹੈ ਕਹਿੰਦੇ ਮਿਰਗ ਤਿਸ਼ਨਾ ਪੇਖ ਭੁੱਲਣੇ ਜਿਵੇਂ ਹਿਰਨ ਨੂੰ ਇਹ ਭੁਲੇਖਾ ਪੈਂਦਾ ਵੀ ਅੱਗੇ ਪਾਣੀ ਹੈ ਉਹ ਉਹ ਠੱਗਨੀ ਦਾ ਵੇਖ ਕੇ ਤੇ ਭੁਲੇਖੇ 'ਚ ਪੈ ਜਾਂਦਾ ਤੇ ਆਪਣੀ ਪੂਰੀ ਤਾਕਤ ਲਾ ਦਿੰਦਾ ਉੱਥੇ ਪਹੁੰਚਣ ਲਈ ਕਹਿੰਦੇ ਇਸੇ ਤਰ੍ਹਾਂ ਵੁੱਠੇ ਨਗਰ ਗੰਧਰਵ ਇਦਾਂ ਹੀ ਜਿਹੜਾ ਮਨੁੱਖ ਹੈ ਇਹਦੇ ਅੰਦਰ ਵੀ ਇਹ ਖਿਆਲ ਹੈ ਇਹ ਜਿਹੜੀ ਮਾਇਆ ਦੀ ਜਿਹੜੀ ਇਹਨੂੰ ਪਾ ਲੱਗੀ ਹੋਈ ਹੈ ਜਾਂ ਇੰਜ ਕਹਿ ਲਓ ਕਿ ਇਹਨੂੰ ਵੀ ਇੰਜ ਲੱਗਦਾ ਕਿ ਸ਼ਾਇਦ ਆਹ ਪਦਾਰਥ ਮੇਰੇ ਕੋਲ ਨਹੀਂ ਤੁਸੀਂ ਵੇਖੋ ਜਿਸ ਮਨੁੱਖ ਦੇ ਕੋਲ ਪੁੱਤਰ ਨਹੀਂ ਹੈ ਉਹਨੂੰ ਇੰਜ ਲੱਗਦਾ ਵੀ ਪੁੱਤਰ ਦਾ ਨਾ ਹੋਣਾ ਮੇਰੇ ਦੁੱਖਾਂ ਦਾ ਕਾਰਨ ਹੈ ਮੇਰੇ ਘਰ ਔਲਾਦ ਦਾ ਨਾ ਹੋਣਾ ਮੇਰੇ ਘਰ ਦੁੱਖਾਂ ਦਾ ਕਾਰਨ ਹੈ ਚਲੋ ਸਮਾਂ ਪਾ ਕੇ ਇਹ ਚੀਜ਼ ਵੀ ਉਹਨੂੰ ਮਿਲ ਜਾਂਦੀ ਹੈ ਦੁੱਖ ਫੇਰ ਵੀ ਨਹੀਂ ਉਹਦੇ ਘਟਦੇ ਬੇਚੈਨ ਫਿਰ ਵੀ ਹੈ ਫਿਰ ਸਮਝ ਆਉਣੀ ਚਾਹੀਦੀ ਹੈ ਨਾ ਵੀ ਇਹ ਤੇਰੇ ਦੁੱਖਾਂ ਦਾ ਕਾਰਨ ਤੇਰੀ ਬੇਚੈਨੀ ਦਾ ਕਾਰਨ ਪੁੱਤਰ ਨਹੀਂ ਸੀ ਤੇਰੀ ਬੇਚੈਨੀ ਦਾ ਕਾਰਨ ਕੁਝ ਹੋ ਰਿਹਾ ਹੈ ਕਿ ਤੂੰ ਖਸਮ ਛੱਡ ਬੈਠਾ ਹੈ ਤੂੰ ਮਾਲਕ ਛੱਡ ਬੈਠਾ ਹੈ ਮਨੁੱਖ ਦੇ ਕੋਲ ਪੈਸਾ ਨਹੀਂ ਹੈ ਇਹਨੂੰ ਬਾਣੀ ਚੇਂਜ ਲਿਖਿਆ ਸਹਿਸ ਖਟੇ ਲਖ ਕੋ ਉੱਠਦਾ ਵੈ ਸਹਿਸ ਦਾ ਸਹ ਹਜ਼ਾਰ ਹੁਣ ਜਿਸ ਬੰਦੇ ਦੀ ਜੇਬ ਚ 100 ਦਾ ਨੋਟ ਹੈ ਉਹਨੂੰ ਇੰਜ ਲੱਗਦਾ ਵੀ ਇਹ 100 ਦਾ ਨੋਟ ਮੇਰੇ ਕੋਲ ਹੈ ਇਸ ਕਰਕੇ ਮੈਂ ਦੁਖੀ ਹਾਂ ਜਦੋਂ ਮੇਰੇ ਕੋਲ 500 ਦਾ ਆ ਗਿਆ 2000 ਦਾ ਆ ਗਿਆ ਜਦੋਂ ਮੇਰੀ ਜੇਬ ਤੇ 10000 ਹੋਇਆ ਮੈਂ ਸੁਖੀ ਹੋ ਜਾਣਾ ਬਾਸ਼ਾ ਕਹਿੰਦੇ ਸਹਿਸ ਖਟੇ ਅੱਜ ਹਜ਼ਾਰਾਂ ਨੇ ਸਹਿਸ ਦਾ ਹਜ਼ਾਰਾਂ ਲੱਖ ਕੋ ਉੱਠਤਾ ਵੇ ਫਿਰ ਲੱਖਾਂ ਵਾਸਤੇ ਤੌਂਦਾ ਤੇ ਜਦੋਂ ਲੱਖਾਂ ਆ ਗਏ ਫਿਰ ਤ੍ਰਿਪਤ ਨਾ ਤ੍ਰਿਪਤ ਨਹੀਂ ਹੁੰਦੀ ਮਨੁੱਖ ਦੇ ਕੋਲ ਮਾਇਆ ਪਾਛੈ ਪਾਵੇ ਸਹਿਸ ਘਟੇ ਲੱਖ ਕੋ ਉੱਠਤਾ ਵੇ ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ ਭਾਵੇਂ 100 ਤੋਂ 1000 1000 ਤੋਂ ਲੱਖ ਕਰੋੜਾਂ ਅਰਬਾਂ ਵੀ ਮਨੁੱਖ ਦੇ ਕੋਲ ਆ ਜਾਣ ਤ੍ਰਿਪਤੀ ਫੇ ਵੀ ਮਨੁੱਖ ਦੇ ਕੋਲ ਨਹੀਂ ਹੈ ਬੇਚੈਨੀ ਫੇ ਵੀ ਮਨੁੱਖ ਦੀ ਜ਼ਿੰਦਗੀ ਚ ਉਦਾਂ ਹੀ ਰਹੇਗੀ ਗੁਰੂ ਸਾਹਿਬ ਜੀ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਪਰਹਰਨਾ ਲੋਭ ਝੂਠ ਨਿੰਦ ਇਵੇਂ ਹੀ ਕਰਤੁਗਦਾਰੀ ਮਿਗ ਤਿਸ਼ਨਾ ਆਸ ਮਿਥਿਆ ਮਿਠੀ ਤੀਕ ਮਨੈ ਸਰਦਾਰੀ ਮ੍ਰਗ ਦੀ ਤ੍ਰਿਸ਼ਨਾ ਵਰਗੀ ਮਨੁੱਖ ਦੀ ਹਾਲਤ ਹੈ ਮਨੁੱਖ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਸ ਮਾਇਆ ਦੀ ਨਗਰੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਹੱਥੋਂ ਲੁੱਟਦਾ ਜਾ ਰਿਹਾ ਆਪਣੇ ਆਪ ਨੂੰ ਲਟਾਉਂਦਾ ਹੈ ਇਹ ਠੱਗ ਹੈ ਜਿਹੜੇ ਮਨੁੱਖ ਦੀ ਜ਼ਿੰਦਗੀ ਵਿੱਚ ਬੈਠੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਐਸੇ ਚੋਰ ਨੇ ਜਿਹੜੇ ਮਨੁੱਖ ਦੇ ਅੰਦਰ 24 ਘੰਟੇ ਇਸੇ ਨੂੰ ਬਾਣੀ ਚਾਖਾ ਸੀ ਏਕ ਗ੍ਰਹਿ 10 ਦੁਆਰ ਹੈ ਜਾਗ ਹੈ ਏਕ ਘਰ ਹੈ ਇਹਦੇ 10 ਦਰਵਾਜ਼ੇ ਨੇ ਐਨਸ ਤਸਕਰ ਪੰਜ ਚੋਰ ਲਗਈ ਆ ਦਿਨ ਰਾਤ ਇਥੋਂ ਚੋਰ ਮਾਲ ਚੋਰੀ ਕਰਕੇ ਲੈ ਕੇ ਜਾ ਰਹੇ ਨੇ ਧਰਮ ਅਰਥ ਸਭ ਹਿਰ ਲੈ ਜਾਵੇਂ ਕਹਿੰਦੇ ਮਨੁੱਖ ਅੰਧੂਲੇ ਖਬਰ ਨਾ ਪਈ ਆ ਏ ਮਨੁੱਖ ਬੰਦਿਆ ਤੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਤੇਰੇ ਅੰਦਰੋਂ ਤੇਰਾ ਤੋੜਾ ਦੋ ਤੋਲੇ ਸੋਨਾ ਚੋਰੀ ਹੋ ਜਾਏ ਤੇਰਾ ਥੋੜਾ ਜਿਹਾ ਸਮਾਨ ਚੋਰੀ ਹੋ ਜੇ ਤੂੰ ਐਫ ਆਈ ਆਰ ਦਰਜ ਕਰਾਉਣਾ ਹੈ ਥਾਣੇ ਜਾਣਾ ਹੈ ਰੋਂਦਾ ਪਿੱਟਦਾ ਕਰਲਾਉਂਦਾ ਹੈ ਭਲੇ ਇੱਥੇ ਤਾਂ ਸਾਰਾ ਕੁਝ ਲੁੱਟਿਆ ਗਿਆ ਤੇਰਾ ਸੋਨਾ ਤੇ ਫੇਕ ਮਾਲੇਗਾ ਤੂੰ 4 ਟੋਲੇ ਸੋਨਾ ਚਲਾ ਗਿਆ ਥੋੜੇ ਜੀ ਕੋਈ ਤੇਰੇ ਕੋਲ ਜਿਹੜੀ ਕੈਸ਼ ਤੇਰਾ ਕੋਈ ਚੋਰੀ ਕਰਕੇ ਲੈ ਗਿਆ ਫੇਰ ਮਿਲ ਜਾਗਾ ਤੈਨੂੰ ਅੱਜ ਨਹੀਂ ਤੇ ਕੱਲ ਬੰਦਾ ਹੈ ਤੇ ਚੀਜ਼ਾਂ ਫੇਰ ਬਣ ਜਾਣਗੀਆਂ ਪਰ ਇੱਥੇ ਤੇ ਤਰ੍ਹਾਂ ਧਰਮ ਅਰਥ ਸਭ ਹਿਰ ਲੈ ਜਾਵੇਂ ਮਨਮੁਖ ਅੰਧਲੇ ਖਬਰ ਨਾ ਪਈ ਆ ਮਨ ਦੇ ਪਿੱਛੇ ਤੁਰਨ ਵਾਲਿਆ ਤੇਰੇ ਉਸ ਗੱਲ ਦੀ ਤੇ ਖਬਰ ਵੀ ਨਹੀਂ ਤੂੰ ਤੇ ਪਹਿਲੀ ਗੱਲ ਤੇ ਤੂੰ ਕਿਸੇ ਨੂੰ ਦੱਸਣਾ ਕਿਸੇ ਤੁਸੀਂ ਇਹ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਅਜੇ ਤੱਕ ਕਿ ਤੇਰੇ ਵਿੱਚੋਂ ਇਹ ਸਭ ਕੁਝ ਚੋਰੀ ਕਰਕੇ ਲੈ ਗਏ ਪੰਜੇ ਵਕਾਰ ਤੇਰੀ ਜ਼ਿੰਦਗੀ ਨੂੰ ਤਬਾਹ ਕਰਕੇ ਚਲੇ ਗਏ ਹੁਣ ਪਾਸ਼ਾ ਜੀ ਕਹਿੰਦੇ ਨੇ ਮ੍ਰਿਗ ਤਿਸ਼ਨਾ ਪੇਖ ਭੁੱਲਣੇ ਲੋਕੇ ਨੂੰ ਵੇਖ ਕੇ ਨਾ ਭੁੱਲ ਗਿਆ ਭੁਲੇਖੇ ਚ ਪੈ ਗਿਆ ਵੈਸੇ ਨਾ ਜਦੋਂ ਆਪਾਂ ਬਾਣੀ ਚੋਂ ਪੜਦੇ ਆਂ ਵੀ ਸਾਨੂੰ ਭੁੱਲਿਆ ਨੂੰ ਕੁਰਾਹੇ ਪਿਆ ਨੂੰ ਮੇਰੇ ਗੁਰੂ ਨੇ ਸਦਾ ਰਸਤਾ ਵਿਖਾਤਾ ਹੈ ਭੁੱਲੇ ਮਾਰਗ ਜਿਨੇ ਬਤਾਇਆ ਆਸੀ ਭੁੱਲਣਾ ਇਥੇ ਭੁੱਲਿਆ ਸੀ ਜੇ ਦਾ ਮਤਲਬ ਸਾਡਾ ਕੋਈ ਰਸਤਾ ਹੈ ਨਾ ਜਿੱਥੇ ਅਸੀਂ ਤੋਰਨ ਜਿਹੋ ਪੰਥ ਆਖਿਆ ਬਾਣੀ ਚ ਪੰਥ ਆਖਿਆ ਪੰਥ ਦਾ ਅਰਥ ਰਸਤਾ ਹੈ ਸਾਂਝ ਪਰੀ ਦੇ ਦਿਸ ਅੰਧਿਆਰਾ ਇਹ ਬਾਣੀ ਚ ਕਿਉਂ ਸ਼ਬਦ ਵਰਤੇ ਸੀ ਕਿ ਜਦੋਂ ਆਪਣੀ ਜਿੰਦਗੀ ਤੂੰ ਪੰਥ ਤੂੰ ਆਪਣੀ ਜ਼ਿੰਦਗੀ ਦਾ ਪੰਥ ਰਸਤਾ ਸਵਾਰੇ ਨਹੀਂ ਭਗਤ ਰਵਦਾਸ ਜੀ ਨੇ ਆਖਿਆ ਸੀ ਜਨਮ ਸਰਾਨੋਂ ਤਰਾ ਇਸ ਤਰ੍ਹਾਂ ਸਮਾ ਬੀਤੇ ਪੰਥ ਨਾ ਸਵਾਰਾ ਤੂੰ ਆਪਣਾ ਰਸਤਾ ਜ਼ਿੰਦਗੀ ਦਾ ਸਵਾਰੇ ਹੀ ਨਹੀਂ ਤੁਸੀਂ ਜਿਸ ਰਸਤੇ ਰੋਜ਼ ਸਫਰ ਕਰਦੇ ਹੋ ਜੇ ਸੜਕਾਂ ਤੇ ਟੋਏ ਟਿੱਬੇ ਪਏ ਹੋਣ ਤੁਸੀਂ ਰੋਜ਼ ਕਰਲਾਉਂਦੇ ਹੋ ਸਾਡੇ ਇਲਾਕੇ ਦਾ ਐਮਐਲਏ ਚੰਗਾ ਨਹੀਂ ਸਾਡੇ ਇਲਾਕੇ ਦਾ ਮਿਨਿਸਟਰ ਫੰਡ ਖਾ ਗਿਆ ਪਿੰਡ ਦੇ ਸਰਪੰਚ ਨੇ ਕੋ ਗਲੀਆਂ ਦਾ ਵਿਕਾਸ ਨਹੀਂ ਕੀਤਾ ਕੋਈ ਇਧਰ ਦੀ ਤੁਹਾਡੀ ਗੱਡੀ ਲੰਘਣੀ ਹੈ ਤੁਸੀਂ ਲੰਘਣਾ ਤੇ ਜਿਸ ਰਸਤੇ ਤੇ ਤੁਹਾਡੇ ਮਨ ਨੇ ਸਫਰ ਕਰਨਾ ਹੈ ਕਿੰਨੇ ਟੋਏ ਟਿੱਬੇ ਨੇ ਇਥੇ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਇਹਦੀ ਜ਼ਿੰਮੇਵਾਰੀ ਤਾਂ ਸਿੱਖੋਦਾ ਆਪਾਂ ਇਥੇ ਟੋਏ ਟਿੱਬੇ ਖੱਡੇ ਜਿਹੜੇ ਪਏ ਹੋਏ ਨੇ ਸਾਡੀਆਂ ਵਜ੍ਹਾ ਕਰਕੇ ਪਏ ਹੋਏ ਨੇ ਇਹਨ ਪੂਰਨਾ ਕਹਨੇ ਅਸੀਂ ਖੁਦ ਆਪ ਹੁਣ ਗੁਰੂ ਸਾਹਿਬ ਜੀ ਇੱਥੇ ਕਿੰਨੀਆਂ ਪਿਆਰੀਆਂ ਐਗਜ਼ਾਮਪਲਾਂ ਦੇ ਕੇ ਸਮਝਾ ਰਹੇ ਨੇ ਕਿ ਬੰਦੇ ਆ ਜਿੰਦਗੀ ਨੂੰ ਸਵਾਰਨਾ ਮ੍ਰਿਗ ਤਿਸ਼ਨਾ ਪੇਖ ਭੁੱਲਣੇ ਜਿਵੇਂ ਹਿਰਨ ਪਾਣੀ ਵੇਖ ਕੇ ਭੁੱਲ ਜਾਂਦਾ ਤੁਸੀਂ ਥੋੜੇ ਜਿਹਰੇ ਪਦਾਰਥਾਂ ਨੂੰ ਵੇਖ ਕੇ ਆਪਣਾ ਸੱਚ ਭੁੱਲ ਹੀ ਜਾਂਦੇ ਹੋ ਖਾਣਾ ਪੀਣਾ ਹੱਸਣਾ ਸੌਣਾ ਬਾਣੀ ਖਾਣ ਤੋਂ ਮਨਾਂ ਨਹੀਂ ਕਰਦੀ ਪੀਣ ਤੋਂ ਮਨਾਂ ਨਹੀਂ ਕਰਦੀ ਇੱਕ ਸੌਖੀ ਜਿਹੀ ਐਗਜ਼ਾਮਪਲ ਦਿੰਦਾ ਤੁਸੀਂ ਵੇਖੋ ਕਈ ਵਾਰੀ ਨਾ ਆਪਾਂ ਪਰਿਵਾਰਾਂ 'ਚ ਕਿਸੇ ਪੁੱਤਰ ਨੂੰ ਕਹੀਏ ਵੀ ਪੁੱਤਰ ਇਸ ਬਨੇ ਤੋਰ ਬਾਣੀ ਵਾਲੇ ਬਨੇ ਤੋਰ ਤੂੰ ਗੁਰੂ ਦੇ ਰਸਤੇ ਤੇ ਤੋਰ ਕੁਝ ਮਾਮਾਂ ਤੇ ਸ਼ੁਕਰ ਮਨਾਉਂਦੀਆਂ ਵੀ ਸ਼ੁਕਰ ਹੈ ਸਾਡੇ ਬੱਚੇ ਨੂੰ ਸਾਡੀ ਧੀ ਨੂੰ ਕੋਈ ਚੰਗੇ ਰਸਤੇ ਪੈਣ ਵਾਸਤੇ ਪ੍ਰੇਰਨਾ ਦੇ ਰਿਹਾ ਜਾਂ ਸਾਡਾ ਪੁੱਤਰ ਤੀ ਤੁਰ ਰਿਹਾ ਨਹੀਂ ਤੇ ਬਹੁਤ ਇਹਦਾ ਜਵਾਬ ਪਤਾ ਕੀ ਹੁੰਦਾ ਅਜੇ ਤੇ ਇਹਦੇ ਖਾਣ ਪੀਣ ਦੇ ਦਿਨ ਨੇ ਦੱਸੋ ਇਹਨੂੰ ਹੁਣੇ ਇਸ ਬਨੇ ਤੋਰ ਦिए ਹੁਣ ਮੈਨੂੰ ਅਜੇ ਤੱਕ ਇਸ ਚੀਜ਼ ਦੀ ਸਮਝ ਨਹੀਂ ਆਈ ਵੀ ਖਾਣ ਪੀਣ ਦੇ ਅਸੀਂ ਅਰਥ ਕੀ ਲੈਨੇ ਆ ਪੀਣ ਤੋਂ ਕਿਹੜੀ ਚੀਜ਼ ਪੀਣ ਤੋਂ ਗੁਰਮਤ ਮੰਨਾ ਕਰਦੀ ਹੈ ਜੀ ਭਲਾ ਲੱਸੀ ਪੀਣ ਤੋਂ ਕੋਈ ਜੂਸ ਪੀਣ ਤੋਂ ਕੋਈ ਦੁੱਧ ਪੀਣ ਤੋਂ ਨਹੀਂ ਮੰਨਾ ਕਰਦੀ ਸવાય ਨਸ਼ਾ ਪੀਣ ਤੋਂ ਇਹਦਾ ਮਤਲਬ ਕਿਤੇ ਨਾ ਕਿਤੇ ਮਾਪੇ ਦੇ ਦਿਮਾਗ 'ਚ ਹੈ ਨਾ ਵੀ ਅਜੇ ਇਹਦੇ ਖਾਣ ਪੀਣ ਦੇ ਦਿਨ ਨੇ ਇਹਦਾ ਮਤਲਬ ਇਹ ਹੋਇਆ ਨਾ ਧਿਆਨ ਨਾਲ ਸੁਣਿਓ ਲੱਸੀ ਦੁੱਧ ਪੀਣ ਤੋਂ ਮੰਨਾ ਨਹੀਂ ਕਰਦੀ ਜਿੰਨੇ ਵੀ ਲਿਕੁਇਡ ਪਦਾਰਥ ਆ ਜਿਹੜੇ ਸਾਡੀ ਬੋਡੀ ਨੂੰ ਵਧੀਆ ਰੱਖਦੇ ਆ એનર્ਜੀ ਮਿਲਦੀ ਆ ਹੁਣ ਦੁੱਧ ਪੀਣ ਤੋਂ ਲੱਸੀ ਪੀਣ ਤੋਂ ਜੂਸ ਪੀਓ ਜਿਹੜਾ ਮਰਜ਼ੀ ਤੁਸੀਂ ਵਧੀਆ ਫਰੂਟ ਕਰ ਲਿਆ ਕਿ ਆਪ ਜੂਸ ਕਰ ਲਓ ਗੁਰਮਤ ਮੰਨਾ ਕਰਦੀ ਹੈ ਪੀਣ ਕਿਹੜੀ ਚੀਜ਼ ਪੀਣ ਤੋਂ ਮਨਾ ਕਰਦੀ ਹੈ ਨਸ਼ਾ ਪੀਣ ਤੋਂ ਮਨਾ ਕਰਦੀ ਇਹਦਾ ਮਤਲਬ ਜਦੋਂ ਤੁਸੀਂ ਇਹ ਸ਼ਬਦ ਬੋਲਦੇ ਹੋ ਅਜੇ ਤੇ ਖਾਣ ਪੀਣ ਦੇ ਦੇ ਨੇ ਹੁਣ ਖਾਣ ਪੀਣ ਤੋਂ ਖਾਣ ਤੋਂ ਕਿਹੜੀ ਚੀਜ਼ ਖਾਣ ਤੋਂ ਗੁਰਮਤ ਮੰਨਾ ਕਰਦੀ ਹੈ ਭਲਾ ਕੋਈ ਫਰੂਟ ਖਾਣ ਤੋਂ ਕੋਈ ਸਬਜ਼ੀ ਖਾਣ ਤੋਂ ਮਨਾ ਕਰਦੀ ਨਹੀਂ ਮਨਾ ਕਰਦੀ ਕਿਉਂਕਿ ਇਵਨ ਇਥੋਂ ਤੱਕ ਨਾਨ ਵੇਜ ਦੀ ਗੱਲ ਆਉਂਦੀ ਹੈ ਗੁਰਮਤ ਨੇ ਤੇ ਇਹਦੇ ਬਾਰੇ ਵੀ ਕਹਤਾ ਇਹ ਤਾਂ ਡਾਕਟਰੀ ਵਿਸ਼ਾ ਹੈ ਧਰਮ ਦਾ ਵਿਸ਼ਾ ਤੇ ਹੈ ਹੀ ਨਹੀਂ ਹੈ ਇਹ ਧਰਮ ਦਾ ਵਿਸ਼ਾ ੱੱਕੇ ਨਾਲ ਸਾਡੇ ਕੁਝ ਅਖੌਤੀ ਧਾਰਮਿਕ ਲੋਕ ਇਹਨੂੰ ਇਹਨੂੰ ਇਹਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਗਮੇ ਬਖਤੇ ਦੁੱਧਾ ਤਾਰੀ ਗੁਪਤੀ ਖਾਵੇਂ ਵਟਕਾ ਸਾਰੀ ਵਾਲੇ ਲੋਕ ਨੇ। ਇਹ ਧਰਮ ਦਾ ਵਿਸ਼ਾ ਹੈ ਹੀ ਨਹੀਂ ਸੀ ਤੇ ਡਾਕਟਰੀ ਵਿਸ਼ਾ ਹੈ। ਜਿਵੇਂ ਕਿਸੇ ਦਾ ਕੋਈ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ ਕੋਈ ਕਿਸੇ ਦਾ ਕੋਈ ਸਬਜ਼ੀ ਖਾਣ ਨੂੰ ਦਿਲ ਨਹੀਂ ਕਰਦਾ। ਬਾਣੀ ਚ ਬਕਾਇਦਾ ਇਹਨਾਂ ਬਾਰੇ ਖੁੱਲੀ ਚਰਚਾ ਕੀਤੀ ਵੀ ਜੇਤੇ ਦਾਣੇ ਆਣ ਕੇ ਜੀਆਂ ਬਾਜਣਾ ਕੋਏ। ਜਿੰਨੇ ਦਾਣੇ ਆਣਦੇ ਆ ਹਰ ਇੱਕ ਦਾਣੇ ਦੇ ਵਿੱਚ ਜਾਨ ਹੈ, ਜੀਵ ਹੈ। ਕੁਝ એનર્ਜੀ ਹੈ ਤਾਂ ਹੀ ਸਾਨੂੰ ਜਿੰਦਾ ਰੱਖ ਰਿਹਾ ਦਾਣੇ એનર્ਜੀ ਹੈ ਤਾਂ ਹੀ ਤੇ ਪਹਿਲਾਂ ਤੇ ਪਾਣੀ ਜਾਨ ਹੈ ਨਾ ਪਾਣੀ ਜਾਨ ਹੈ ਤੇ ਮੈਨੂੰ ਜਿੰਦਾ ਰੱਖ ਰਿਹਾ ਤੋ ਖੈਰ ਜਿਹੜੀ ਆਪਾਂ ਗੱਲ ਕਰਦੇ ਆਂ ਖਾਣ ਤੋਂ ਕਿਹੜੀ ਚੀਜ਼ ਤੋਂ ਖਾਣ ਤੋਂ ਨਸ਼ੇ ਖਾਣ ਤੋਂ ਜਿਹੜੇ ਲੋਕ ਤਮਾਕੂ ਦਾ ਸੇਵਨ ਕਰਦੇ ਆਂ ਬੁਰੀਆਂ ਆਦਤਾਂ ਆਪਣੀ ਜ਼ਿੰਦਗੀ ਚ ਲੈ ਕੇ ਹੁੰਦੇ ਮਤਲਬ ਜਿਹੜੀਆਂ ਚੀਜ਼ਾਂ ਨੂੰ ਸਾਡੀ ਜ਼ਿੰਦਗੀ ਤਬਾਹੀ ਦੇ ਰਸਤੇ ਤੇ ਪਹੁੰਚਦੀ ਹੈ ਭਾਵੇਂ ਉਹ ਨਸ਼ੇ ਨੇ ਜਿਹੜੀ ਵੀ ਚੀਜ਼ ਹੈ ਕੋਈ ਸਿਗਰਟ ਵਗੈਰਾ ਪੀਂਦਾ ਹੈ ਕੋਈ ਬੀੜੀ ਪੀਂਦਾ ਹੈ ਕੋਈ ਤਮਾਕੂ ਦਾ ਸੇਵਨ ਕਰਦਾ ਹੈ ਇਹਨਾਂ ਤੋਂ ਗੁਰਮਤ ਮੰਨਾ ਕਰਦੀ ਹੈ ਜਦੋਂ ਘਰ ਦੇ ਇਹ ਕਹਿੰਦੇ ਅਜੇ ਤੇ ਖਾਣ ਪੀਣ ਦੇ ਦਿਨ ਇਜ਼ਾਰ ਤੁਸੀਂ ਉਸ ਰਾਹ ਪਾਉਣਾ ਚਾਹੁੰਦੇ ਆਪਣੇ ਪੁੱਤਰ ਤੀਰੋ ਸ਼ੁਕਰ ਮਨਾਓ ਕਿ ਜੇ ਕਦਾ ਕੋ ਬੱਚਾ ਕੋ ਪੁੱਤਰ ਧੀ ਇਸ ਰਸਤੇ ਤੇ ਤੁਰਦਾ ਹੈ ਤੇ ਸ਼ੁਕਰ ਮਨਾਓ ਕਿ ਸ਼ੁਕਰ ਹੈ ਭਾਈ ਸਾਡਾ ਬੱਚਾ ਚੰਗੇ ਬਣੇ ਤੁਰਿਆ ਨਸ਼ਾ ਨਾ ਨਾ ਬੰਦੇ ਨੇ ਜ਼ਿੰਦਗੀ ਚ ਟੱਚ ਕੀਤਾ ਹੋਵੇ ਤੇ 60 60 70 70 ਸਾਲ ਦੇ ਬੰਦਿਆਂ ਦੀ ਸਕਿਨ ਵੇਖਿਓ ਤੁਸੀਂ ਕਦੇ ਰੰਗ ਰੂਪ ਵੇਖੋ ਬੰਦੇ ਆ ਐ ਉੜਦੇ ਫਿਰਦੇ ਆ ਕੋਈ ਝੁਰੜੀ ਨਹੀਂ ਕੋਈ ਐਨ ਫਿੱਟ ਬੈਠੇ ਹੋਏ ਨੇ ਉੜਦੇ ਫਿਰਦੇ ਆ ਤੇ ਨਸ਼ਾ ਕਰਦਾ ਹੋਵੇ ਨਾ ਬੰਦਾ 30 35 ਸਾਲ ਦਾ ਪੌੜੀਆਂ ਬਹਿ ਬਹਿ ਕੇ ਚੜਦਾ ਭੱਜ ਕੇ ਬਸ ਨਹੀਂ ਫੜ ਸਕਦਾ ਬੰਦਾ ਅਸੀਂ ਆਪਣੇ ਜਾਨ ਦੇ ਦੁਸ਼ਮਣ ਆ ਇਨਸਾਨ ਆਪਣੇ ਤੋਂ ਵੱਡਾ ਆਪਣਾ ਦੁਸ਼ਮਣ ਹੋਰ ਕੋਈ ਨਹੀਂ ਜਿੱਡਾ ਦੁਸ਼ਮਣ ਇਨਸਾਨ ਦਾ ਆਪਣੇ ਆਪ ਚੋਂ ਆਪ ਹੈ ਨਾ ਉਹਨਾਂ ਕੋਈ ਹੋਰ ਨਹੀਂ ਨਸ਼ਾ ਪੀਣ ਵਾਲਾ ਕਹਿੰਦਾ ਮੈਂ ਕਿਸਦਾ ਵੀ ਨੁਕਸਾਨ ਕਰਦਾ ਸਭ ਤੋਂ ਪਹਿਲਾਂ ਨੁਕਸਾਨ ਉਹ ਆਪਣੇ ਆਪ ਦਾ ਕਰਦਾ ਹੈ ਜਿਹੜਾ ਵੀ ਬੰਦਾ ਨਸ਼ਾ ਪੀਂਦਾ ਸਭ ਤੋਂ ਪਹਿਲਾਂ ਉਹ ਆਪਣੀਆਂ ਜੜ੍ਹਾਂ 'ਚ ਆਪ ਇੰਜ ਕਹਿ ਲਓ ਨਸ਼ਾ ਪੀਣ ਵਾਲਾ ਉਸ ਦਰਖਤ ਦੀ ਟਾਣੀ ਜਿਹੜੀ ਟਾਣੀ ਤੇ ਆ ਆ ਬੈਠਾ ਉਹਦੀਆਂ ਜੜ੍ਹਾਂ ਖੁਦ ਆਪ ਘਟ ਰਿਆ ਕੱਟੇ ਪੇੜ ਡਾਲ ਪਰ ਠਾਡੋ ਖਾਏ ਖਾਏ ਮੁਸਕਰੇ ਬੈਠਾ ਟਾਣੇ ਤੇ ਤੇ ਜਿਹੜੇ ਟਾਣੇ ਤੇ ਬੈਠਣਾ ਉਹਦੀਆਂ ਜੜ੍ਹਾਂ ਨੂੰ ਖੁਦ ਆਪ ਟੱਕ ਲਾ ਕੇ ਵਧਣ ਦੀ ਕੋਸ਼ਿਸ਼ ਕਰ ਰਿਹਾ ਆਪੇ ਵੱਢੀ ਜਾ ਰਿਹਾ ਤੂੰ ਹੁਣ ਪਲਿਆ ਜਦੋਂ ਤੂੰ ਟੋਟਾਣੇ ਤੇ ਬੈਠਾ ਤਾਂ ਤੂੰ ਜੜੇ ਕੱਟ ਰਿਹਾ ਤੇ ਡਿੱਗੇਗਾ ਤੇ ਜ਼ਰੂਰ ਅਵਾ ਚ ਡਿੱਗੇਗਾ ਤੂੰ ਹੁਣ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ ਮ੍ਰਿਗ ਤਿਸ਼ਨਾ ਪੇਖ ਭੁੱਲਣੇ ਉਹ ਤੇ ਰਾਹ ਭੁੱਲ ਗਿਆ ਹੁਣ ਜਿਹੜਾ ਬੰਦਾ ਰਾਹ ਭੁੱਲ ਜੇ ਜਿੰਨਾ ਤੁਰੇਗਾ ਮੰਜ਼ਲ ਤੋਂ ਦੂਰ ਹੁੰਦਾ ਜਾਏਗਾ ਪਹਿਲਾਂ ਰਾਹ ਪੁੱਛ ਲੈ ਰਾਹ ਪੁੱਛ ਕੇ ਰਸਤੇ ਤੇ ਤੋਰ ਦੋ ਕਦਮ ਵੀ ਤੁਰੇਗਾ ਨਾ ਤੇ ਤੇਰੀ ਮੰਜ਼ਲ ਤੇਰੇ ਵਾਲੇ ਬੰਨੇ ਹੋਏਗੀ ਤੁਰਨਾ ਸ਼ੁਰੂ ਕਰ ਦੇ ਵੁਠੇ ਨਗਰ ਗੰਧਰਵ ਹਰਤੰਦੌਰੀ ਜਿਹੜੇ ਹਵਾਈ ਕਿਲੇ ਉਸਾਰਨੇ ਆ ਬਸ ਇੱਥੇ ਤੱਕ ਰਹਿ ਜਾਏਗਾ ਮ੍ਰਿਗ ਤ੍ਰishna ਵਰਗੀ ਹਾਲਤ ਮਨੁੱਖ ਦੀ ਹੈ ਜਿਵੇਂ ਹਿਰਨ ਨੂੰ ਠੱਗ ਨੀਰਾ ਪਾਣੀ ਦਿਸਦਾ ਅੱਗੇ ਵੀ ਸੁਖ ਮਿਲ ਜਾਣਾ ਬੰਦੇ ਨੂੰ ਵੀ ਲੱਗਦਾ ਉਹ ਉਹ ਕੰਮ ਕੀਤੇ ਆ ਸੁਖ ਮਿਲਣਾ ਮਿੱਠਾ ਕਰਕੇ ਖਾਇਆ ਨਾ ਕੋੜਾ ਉਪਜਿਆ ਸਾਦ ਭਾਈ ਮੀਤ ਸ੍ਰਿਧ ਕੀ ਬਖੀਰ ਜਿਆ ਬਾਦ ਜਾਂਦੇ ਬਿਲਮ ਨਾ ਹੋਵੇ ਵਣਨਾਵੇਂ ਵਿਸਮਾਦ ਬਿਨਾ ਨਾਮ ਤੋਂ ਬਿਨਾ ਸਾਚ ਤੋਂ ਵਿਸਮਾਦ ਇਸ ਕਰਕੇ ਜੋ ਕੁਕਰ ਹਰ ਕਾਇਤ ਆਵੇ ਦੈ ਦਿਸ ਜਾਏ ਲੋਭੀ ਜਨਤ ਨਾ ਜਾਣੀ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਵਯਪਿਆ ਫਿਰ ਫਿਰ ਜੂ ਨਹੀਂ ਪਾਏ ਬਾਰ ਬਾਰ ਉਹ ਇਸੇ ਚੱਕਰ ਵੀ ਵਿੱਚ ਫਸ ਜਾਂਦਾ ਖੁਦ ਆਪ ਹੀ ਕਿਉਂ ਕਿ ਸੱਚਾ ਲੜ ਛੜ ਬੇਟਾ ਖਾਣਾ ਪੀਣਾ ਹੱਸਣਾ ਸੌਣਾ ਹੁਣ ਚਾਰ ਚੀਜ਼ਾਂ ਨੇ ਖਾਣਾ ਪੀਣਾ ਹੱਸਣਾ ਸੌਣਾ ਇਹ ਤੂੰ ਗੁਰਮਤ ਮੰਨਾਂ ਨਹੀਂ ਕਰਦੀ ਤੂੰ ਖਾ ਹੱਸ ਸੌ ਰੈਸਟ ਕਰ ਖਾਣਾ ਪੀਣਾ ਹੱਸਣਾ ਤੇ ਸੌਣਾ ਅਰੇਸ਼ਟ ਵੀ ਜ਼ਰੂਰੀ ਹੈ ਖਾਣਾ ਵੀ ਜ਼ਰੂਰੀ ਹੈ ਪੀਣਾ ਵੀ ਜ਼ਰੂਰੀ ਹੈ ਚਾਰੇ ਚੀਜ਼ਾਂ ਖਾਣਾ ਪੀਣਾ ਹੱਸਣਾ ਸੌਣਾ ਅਗਲੀ ਤੋਂ ਸੁਣਿਓ ਵਿਸਰ ਗਿਆ ਕੀ ਵਿਸਰ ਗਿਆ ਮਰਨਾ ਨਹੀਂ ਨਹੀਂ ਵਿਸਰ ਗਿਆ ਜੇ ਖਾਂਦਿਆਂ ਪੀਂਦਿਆਂ ਹੱਸਦਿਆਂ ਸੌਂਦਿਆਂ ਇਹ ਚਾਰੇ ਚੀਜ਼ਾਂ ਕਰਦੇ ਆ ਜੇ ਤੁਸੀਂ ਖਸਮ ਦਾ ਪੱਲਾ ਛੱਡ ਦਿੱਤਾ ਸੱਚ ਆਪਣੀ ਜ਼ਿੰਦਗੀ ਚੋਂ ਮੰਨਫੀ ਕਰਤਾ ਹੈ ਮਰਨਾ ਫੇ ਤੁਸੀਂ ਪੱਕਾ ਮਰੋਗੇ ਅਵੱਛ ਮੌਤ ਨੇੜੇ ਆ ਸਾਡੇ ਫਿਰ ਅਸੀਂ ਅੰਦਰੋਂ ਡੈੱਡ ਹੋ ਜਾਣਾ ਹੈ ਮਰਨਾ ਕਿਉਂਕਿ ਖਸਮ ਵਿਸਾਰ ਖੁਆਰੀ ਕੀਨੀ ਜਿਹੜੇ ਖਸਮ ਨੂੰ ਛੱਡ ਬਿੰਦੇ ਉਹਨਾਂ ਦੀ ਪੱਲੇ ਖੁਆਰੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਪੈਂਦਾ ਤਰਗ ਜੀਵਨ ਨਹੀਂ ਰਹਿਣਾ ਲਹੰਤ ਵਾਲਾ ਜੀਵਨ ਵਾਲਾ ਹਰ ਬਿਸਰਤ ਸਦਾ ਖੁਆਰੀ ਵਾਲੀ ਗੱਲ ਬਣ ਜੇ ਤਾਂ ਕੋ ਧੋਕਾ ਕਾਂ ਵੀ ਆਪੇ ਜਾਂ ਕੋੜ ਤੋ ਹਾਰੀ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਹਰ ਜਾਰੀ ਨਵਖੰਡਨ ਕੋ ਰਾਜ ਕੁਮਾਵੇ ਤੂੰ ਨੌ ਖੰਡ ਪੂਰੀ ਧਰਤੀ ਦੀ ਗੱਲ ਹੋ ਗਈ ਨਾ ਐਸਾ ਤਾਂ ਕੋਈ ਬੰਦਾ ਜਿਹਦੀ ਪੂਰੀ ਧਰਤੀ ਦੇ ਸਿੱਕਾ ਚੱਲਦਾ ਹੋਵੇ ਤੇਰਾ ਸਿੱਕਾ ਵਾ ਤੋ ਤੇਰੇ ਆਪਣੇ ਸਟੇ ਇੱਕ ਦੇਸ਼ ਵਿੱਚ ਚੱਲੇਗਾ ਹੁਣ ਇੱਕ ਦੇਸ਼ ਦੀ ਕਰੰਸੀ ਇੱਕ ਦੇਸ਼ ਵਿੱਚ ਚੱਲਦੀ ਹੈ ਨਾ ਦੂਜੇ ਦੇਸ਼ ਵਿੱਚ ਜਾਓਗੇ ਤੁਹਾਨੂੰ ਕਰੰਸੀ ਉੱਥੋਂ ਲੈ ਕੇ ਫਿਰ ਜਾ ਕੇ ਆਪਣੀ ਜੋ ਵੀ ਸ਼ਾਪਿੰਗ ਵਗੈਰਾ ਕਰਨੀ ਹੈ ਜੋ ਖਰਚਾ ਕਰਨਾ ਫਿਰ ਜਾ ਕੇ ਤੁਸੀਂ ਉੱਥੇ ਵਰਤੋਂ ਕਰ ਸਕਦੇ ਹੋ ਪਰ ਕਿਸੇ ਬੰਦੇ ਇੱਕੇ ਦਾ ਪੂਰੀ ਦੁਨੀਆ ਤੇ ਸਿੱਕਾ ਚੱਲੇ ਇੱਥੇ ਲਮਜ ਵਰਤਿਆ ਨਵਖੰਡਣ ਕੋ ਰਾਜ ਕਮਾਵੇਗਾ ਤੂੰ ਤੇਰਾ ਪੂਰੀ ਧਰਤੀ ਤੇਰਾ ਰਾਜ ਹੋਵੇ ਪਰ ਅੰਤ ਚਲੇ ਗੋਹਾਰੀ ਅੰਤ ਚਲੇ ਗੋਹਾਰੀ ਦਾ ਅਰਥ ਪਤਾ ਕੀ ਹੈ ਇੰਨਾ ਰਾਜ ਭਾਗ ਹੋਣ ਤੋਂ ਬਾਅਦ ਵੀ ਜੇ ਸੱਚ ਤੇਰੇ ਕੋਲ ਨਹੀਂ ਹੈਗਾ ਨਾ ਤੇ ਤੂੰ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਜਾਵੇਂਗਾ ਅੰਤ ਚਲੇ ਗੋਹਾਰੀ ਗੁਣ ਨਿਧਾਨ ਗੁਣ ਤੈਨਹੀਂ ਗਾਏ ਜਾਂ ਕੋ ਕਿਰਪਾ ਧਾਰੀ ਸੋ ਸੁਖੀਆ ਉਹ ਸੁਹੀਆ ਧਾਨ ਉਸ ਜਨਮ ਉਹਦਾ ਜਨਮ ਵੀ ਧਾਨ ਹੈ ਨਾਨਕ ਤਿਸ ਬਲੇਹਾਰੀ ਤੋਂ ਪਾਸ਼ਾ ਜੀ ਇੱਕ ਇਹ ਕਹਿੰਦੇ ਨੇ ਜਿੰਨੀ ਸੱਚ ਅਰਾਧਿਆ ਹੁਣ ਅਰਾਧਨ ਦਾ ਅਰਥ ਕੀ ਹੈ ਆਪਾਂ ਜਦੋਂ ਪਹਿਲਾਂ ਗੱਲ ਕਰ ਚੁੱਕੇ ਵੀ ਗੁਰੂ ਅਰਾਧਨ ਦਾ ਅਰਥ ਹੈ ਗੁਰੂ ਗੁਰੂ ਕਰਨਾ ਸੱਚ ਅਰਾਧਨ ਦਾ ਅਰਥ ਹੈ ਰੱਬੀ ਗੁਣਾ ਨੂੰ ਆਪਣੀ ਜ਼ਿੰਦਗੀ ਚ ਵਰਤਣਾ ਸਤ ਦੀ ਵਰਤੋਂ ਕਰਨੀ ਸਬਰ ਦੀ ਵਰਤੋਂ ਕਰਨੀ ਦਇਆ ਦੀ ਵਰਤੋਂ ਕਰਨੀ ਧਰਮ ਦੀ ਵਰਤੋਂ ਕਰਨੀ ਇਹ ਸਿਮਰਨ ਹੈ ਇਹ ਹੈ ਰਬੀ ਯਾਦ ਜਿਵੇਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਵਕਤ ਜਦੋਂ ਧੰ ਗੁਰੂ ਅਰਜਨ ਸਿਰ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤਸਰ ਦੀ ਸੇਵਾ ਚੱਲ ਰਹੀ ਹੈ ਜਦੋਂ ਧੰ ਗੁਰੂ ਅਰਜਨ ਸਾਹਿਬ ਅੰਮ੍ਰਿਤਸਰ ਦੀ ਸੇਵਾ ਕਰਵਾ ਰਹੇ ਨੇ ਤਾਂ ਹਿਸਟਰੀ ਵਿੱਚ ਲਿਖਿਆ ਮਿਲਦਾ ਕਿ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇੱਕ ਜਗਿਆਸੂ ਨੇ ਆਣ ਕੇ ਸਵਾਲ ਕੀਤਾ ਕਿ ਮਹਾਰਾਜ ਮੈਂ ਤਾਂ ਤੁਹਾਨੂੰ ਕਦੀ ਰੱਬ ਦਾ ਨਾਮ ਲੈਂਦੇ ਵੇਖਿਆ ਨਹੀਂ ਤੁਸੀਂ 24 ਘੰਟੇ ਤੱਕ ਕੰਮਕਾਰ ਕਰਦੇ ਫਿਰਦੇ ਹੋ ਤੁਸੀਂ ਪਰਮੇਸ਼ਰ ਦਾ ਨਾਮ ਤੇ ਲੈਂਦੇ ਨਹੀਂ ਤੇ ਬੜੀ ਪਿਆਰੀ ਗੱਲ ਗੁਰੂ ਅਰਜਨ ਸਾਹਿਬ ਨੇ ਕਹੀ ਸੀ ਕਦੇ ਯਾਦ ਉਹਨੂੰ ਕੀਤਾ ਜਾਂਦਾ ਹੈ ਲਾ ਭੁੱਲਿਆ ਹੋਵੇ ਸਾਨੂੰ ਤੇ ਭੁੱਲਦਾ ਹੀ ਨਹੀਂ ਹੁਣ ਤੁਹਾਨੂੰ ਕੋਈ ਇੱਕ ਵਿਅਕਤੀ ਕਵੇ ਕਿ ਜਿਵੇਂ ਇੱਕ ਕੋਈ ਇੱਕ ਬੱਚੇ ਨੂੰ ਪੁੱਛੇ ਉਹਦੀ ਬੇਟੀ ਨੂੰ ਪੁੱਛੇ ਕੋ ਪੁੱਤਰ ਨੂੰ ਪੁੱਛੇ ਤੂੰ ਕਦੀ ਮਾਂ-ਬਾਪ ਦਾ ਨਾਂ ਤੇ ਲਿਆ ਹੀ ਨਹੀਂ ਤੂੰ ਕਵੇ ਮਾਂ-ਬਾਪ ਦਾ ਨਾਂ ਤੇ ਮੈਂ ਤਾਂ ਲਵਾਂ ਜੇ ਮੈਨੂੰ ਕਦੀ ਮੇਰੀ ਮਾਂ ਤੇ ਮੇਰਾ ਬਾਪ ਭੁੱਲਿਆ ਹੋਵੇ ਕੀ ਨਾਂ ਲੈਣ ਨਾਲ ਹੀ ਕੋਈ ਜੀ ਯਾਦ ਹੁੰਦਾ ਜੀ ਤੁਹਾਡਾ ਬੇਟਾ ਹੋ ਹੌਸਟਲ ਚ ਪੜਦਾ ਹੈ ਤੁਹਾਡੀ ਬੇਟੀ ਤੁਹਾਡੇ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੈ ਉਸੀਂ ਆਪਣੇ ਘਰ ਤੋਂ ਕਿਤੇ ਮਾਪੇ-ਬਾਪ ਤੋਂ ਦੂਰ ਜੇ ਕਈ ਵਾਰੀ ਐਸਾ ਸਮਾਂ ਬਣਦਾ ਆਪਾਂ ਇੱਕ ਇੱਕ ਦਿਨ ਕੀ ਕਈ-ਕਈ ਦਿਨ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਂ ਹੀ ਨਹੀਂ ਲੈਂਦੇ ਪਰ ਕੀ ਇਹਦਾ ਮਤਲਬ ਤੁਹਾਨੂੰ ਭੁੱਲ ਗਿਆ ਬੜਾ ਪਿਆਰਾ ਜਵਾਬ ਦਿੱਤਾ ਸੀ ਸਤਿਗੁਰ ਨੇ ਕਿਸੀਂ ਅਸੀਂ ਤੁਹਾਨੂੰ ਕਦੀ ਯਾਦ ਕਰਦੇ ਵੇਖਿਆ ਹੀ ਨਹੀਂ ਤੁਸੀਂ ਤੇ ਕੰਮ-ਕਾਰ ਕਰਦੇ ਜੇ ਇੱਧਰ ਸੇਵਾਦਾਰਾਂ ਦੀ ਸੇਵਾ ਇੱਧਰ ਆਹ ਕੰਮ ਕਰਨਾ ਪਾਸ਼ਾ ਨੇ ਬੜਾ ਪਿਆਰਾ ਜਵਾਬ ਦਿੱਤਾ ਕਹਿੰਦੇ ਯਾਦ ਉਹਨੂੰ ਕੀਤਾ ਜਾਂਦਾ ਹੈ ਜਿਹੜਾ ਕਦੀ ਸਾਨੂੰ ਭੁੱਲਿਆ ਹੋਵੇ ਉਹ ਤੇ ਸਾਨੂੰ ਭੁੱਲਦਾ ਹੀ ਨਹੀਂ ਉਹ ਤੇ ਅਸੀਂ ਇਦਾਂ ਮੰਨਦੇ ਵੀ ਆਖਾਂ ਜੀਵਾਂ ਵਿਸਰੇ ਮਰ ਜਾਓ ਜਿਹੜੇ ਵਖਾਵਾ ਕਰਦੇ ਨੇ ਵੀ ਮੈਂ ਯਾਦ ਕਰਦਾ ਵਾਸਤੇ ਇਹ ਜਮਨੂ ਭੁੱਲ ਗਏ ਤਾਂ ਯਾਦ ਕਰ ਰਹੇ ਨਾ ਅਈ ਤੇ ਭੁੱਲਣਾ ਇਥੇ ਉੱਠ ਤੈ ਬੈਠ ਸੋਵੋ ਤੇ ਆਈਏ ਇਥੇ ਮਾਰਗ ਚੱਲ ਤੇ ਹਰੇ ਹਰੇ ਗਾਈਏ ਆਪਾਂ ਪਹਿਲਾਂ ਵੀ ਭਗਤ ਨਾਮਦੇਵ ਜੀ ਦੀਆਂ ਜਿਹੜੀਆਂ ਗੱਲਾਂ ਪੜ ਚੁੱਕੇ ਆਂ ਵੀ ਮਾਂ ਕੱਲੀ ਘਰ ਚ ਐ ਤੇ ਨਿੱਕੇ ਜਿਹੇ ਬੱਚੇ ਨੂੰ ਭੂੰਡੇ ਚ ਪਾਇਆ ਸਾਰੇ ਘਰ ਚ ਕੰਮ ਕਰਦੇ ਆਂ ਮਾਂ ਨੇ ਬੱਚੇ ਦਾ ਨਾਂ ਨਹੀਂ ਇੱਕ ਵਾਰ ਵੀ ਲਿਆ ਕੀ ਪਰ ਮਾਂ ਨੂੰ ਬੱਚਾ ਭੁੱਲ ਗਿਆ ਉਹ ਬਰਤਨ ਸਾਫ ਕਰ ਰਹੀ ਹੈ ਕੱਪੜੇ ਪ੍ਰੈਸ ਕਰ ਰਹੀ ਹੈ ਕੱਪੜੇ ਧੋ ਰਹੀ ਹੈ ਸਫਾਈਆਂ ਕਰ ਰਹੀ ਹੈ ਪਰ ਉਹਦੇ ਜਿਹਨ ਵਿੱਚ ਪੁੱਤਰ ਦਾ ਧਿਆਨ ਹੈ ਕਹਿ ਤ ਨਾਮਦੇਵ ਸੁਣੋ ਤਰਲੋਚਨ ਬਾਲਕ ਪਾਲਨ ਪੌਂਡਿਏ ਦੇ ਅੰਤਰ ਬਾਹਰ ਕਾਜ ਬਰੂਤੀ ਚੀਸੋ ਬਾਰਕ ਰੱਖੀ ਲਈ ਇਤੋਂ ਹੁਣ ਸੱਚ ਰਧਨ ਦਾ ਅਰਥ ਕੀ ਸੀ ਸੱਚ ਨਾਲੋਂ ਲਿੰਕ ਟੁੱਟ ਗਿਆ ਤੇ ਮੈਂ ਮਰ ਜਾਵਾਂਗਾ ਆਖਾਂ ਜੀਵਾਂ ਵਿਸਰਹਿ ਮਰ ਜਾਵਾਂ ਇਸੇ ਨੂੰ ਆਖਸ ਨਾ ਆਖ ਨੇ ਓਖਾ ਸਾਚਾ ਨਾ ਨਾਮ ਆਖਣਾ ਓਖਾ ਥੋੜਾ ਵੈਗਰੂ ਵੈਗਰੂ ਅੱਲਾ ਅੱਲਾ ਰਾਮ ਰਾਮ ਬੜੀ ਦੁਨੀਆ ਕਰਦੀ ਪਈ ਹੈ ਕਿਹੜਾ ਨਾਮ ਆਖਣਾ ਓਖਾ ਹੈ ਭਾਵ ਆਪਣੇ ਆਫਿਸ ਵਿੱਚ ਆਪਣੇ ਦਫਤਰ ਵਿੱਚ ਆਪਣੀ ਕਿਰਤ ਵਿੱਚ ਇਮਾਨਦਾਰੀ ਲੈ ਕੇ ਆਉਣੀ ਥੋੜੀ ਓਖੀ ਲੱਗਦੀ ਕਿ ਨਹੀਂ ਸੋਚ ਕੇ ਵੇਖਿਓ ਤੁਸੀਂ ਆਪਣੇ ਆਫਿਸ ਵਿੱਚ ਕੰਮ ਕਰਨ ਤੋਂ ਪਹਿਲਾਂ 10 5 ਵਾਰ ਵੈਗਰੂ ਵੈਗਰੂ ਕਰੋ ਇਹ ਆਖਣਾ ਓਖਾ ਤਾਂ ਨਹੀਂ ਪਰ ਤੁਸੀਂ ਆਪਣੀ ਕਿਰਤ ਵਿੱਚ ਇਮਾਨਦਾਰੀ ਲੈ ਕੇ ਆਓ ਹੈ ਓਖਾ ਨਾ ਕਿਉਂਕਿ ਇੱਕ ਸਾਹਮਣੇ ਤੁਹਾਡੇ ਖਰਚੇ ਹੁੰਦੇ ਦੂਜੇ ਬੰਦੇ ਯਾਰ ਕਿਹੜਾ ਕਿਹਨੂੰ ਪਤਾ ਲਾਣਾ ਥੋੜੀ ਜਿਹੀ ਪੈਸੇ ਲੈ ਲਾ ਰਿਸ਼ਵਤ ਲੈ ਲਾ ਬੇਈਮਾਨੀ ਕਰ ਲਾ ਠੱਗੀ ਮਾਰ ਲਾ ਜਾਂ ਥੋੜੀ ਜੀ ਨੌਕਰੀ ਤੋਂ ਪਾਸਾ ਵੜ ਜਾ ਟਾਲਾ ਵੜ ਜਾ ਹੁੰਦਾ ਨਾ ਉਹ ਸੰ ਥੋੜਾ ਜਿਹਾ ਇਹ ਆਖਣਾ ਔਖਾ ਹੈ ਜੇ ਇੱਕ ਜੇ ਪੌੜੀ ਚੜ ਗਏ ਇਸ ਨੂੰ ਆਖਸ ਕਬੀਰ ਕਸੌਟੀ ਰਾਮ ਕੀ ਝੂਠਾ ਟਿੱਕੇ ਨਾ ਕੋਈ ਰਾਮ ਕਸੌਟੀ ਸੋਸ ਹੈ ਜੋ ਮਰਜੀ ਵਾ ਹੋਏ ਕਬੀਰ ਜੇ ਮਾਰਗ ਪੰਡਿਤ ਗਏ ਜੋ ਜਿਸ ਮਾਰਗ ਤੇ ਪੰਡਤ ਲੋਕਾਂ ਨੂੰ ਪਾਉਂਦਾ ਸੀ ਪਾਸ਼ਾਪਰੀ ਵਹੀਰ ਭੀੜਾਂ ਦੀਆਂ ਭੀੜਾਂ ਉਧਰ ਤੁਰ ਪਈਆਂ ਜਿੱਧਰ ਬਿਪਰ ਲੋਕਾਂ ਨੂੰ ਜਿਸ ਰਸਤੇ ਬਿਪਰ ਪਾਉਂਦਾ ਸੀ ਭੀੜਾਂ ਦੀਆਂ ਭੀੜਾਂ ਉਸ ਰਸਤੇ ਤੁਰ ਪਈਆਂ ਪਰ ਇੱਕ ਅਵਘਟ ਘਾਟੀ ਰਾਮ ਕੀਤੇ ਚੜ ਰਹੇ ਹੋ ਕਬੀਰ ਰਾਮ ਦੀ ਘਾਟੀ ਉਖੀ ਕਿਉਂ ਹੈ ਕਿਉਂਕਿ ਉੱਥੇ ਸੱਚ ਦੇ ਨਾਲ ਤੁਰਨਾ ਪੈਣਾ ਸਚਾਈ ਦੇ ਨਾਲ ਪੱਲਾ ਫੜ ਕੇ ਬੁਰਾਈ ਨਾਲ ਲੜਨਾ ਪੈਣਾ ਟੱਕਰਾ ਕਰਨਾ ਪੈਣਾ ਤੇ ਚੜ ਰਹੇ ਹੋ ਕਬੀਰ ਜਿਨ ਨੇ ਸੱਚ ਅਰਾਧਿਆ ਜਿਨ੍ਹਾਂ ਨੇ ਸੱਚ ਨੂੰ ਅਰਾਧਿਆ ਜਿਨ੍ਹਾਂ ਸੱਚ ਦਾ ਪੱਲਾ ਫੜਿਆ ਕੀ ਹੁੰਦਾ ਉਹਨਾਂ ਨੂੰ ਮਹਾਰਾਜ ਕਹਿੰਦੇ ਨਾਨਕ ਮਨ ਤਨ ਫੱਬ ਫੱਬ ਸਮਝਦੇ ਹੋ ਜਿਵੇਂ ਆਪਾਂ ਇੱਕ ਸ਼ਬਦ ਆਮ ਬੋਲਦੇ ਬੜਾ ਫੱਬਦਾ ਹੈ ਤੂੰ ਤੂੰ ਬੜੀ ਫੱਬਦੀ ਹੈ ਤੂੰ ਬੜਾ ਫੱਬਦਾ ਹੈ ਫੱਬਣ ਦਾ ਅਰਥ ਕੀ ਸੁੰਦਰਤਾ ਬਿਊਟੀ ਬਹੁਤ ਆ ਤੈਨੂੰ ਤੈਨੂੰ ਪੱਗ ਬੜੀ ਫੱਬਦੀ ਹੈ ਆ ਤੈਨੂੰ ਕੱਪੜੇ ਬੜੇ ਫੱਬਦੇ ਨੇ ਜਿਨ੍ਹਾਂ ਨੇ ਸੱਚ ਨੂੰ ਰੱਦ ਲਿਆ ਨਾ ਉਹ ਫਿਰ ਉਹ ਕੱਪੜਿਆਂ ਦੇ ਮੌਤਾਜ ਨਹੀਂ ਹੁੰਦੇ ਵੀ ਇਹ ਕੱਪੜਾ ਪਾਉਣ ਨਾਲ ਮੈਂ ਸੋਹਣਾ ਲੱਗਣਾ। ਉੱਥੇ ਜਿਹੜਾ ਵੀ ਕੱਪੜਾ ਪਾਉਣ ਨਾਲ ਉਹ ਕੱਪੜੇ ਦੀ ਸੁੰਦਰਤਾ ਵਧਾ ਦਿੰਦੇ ਨੇ। ਸੱਚ ਦੇ ਰਸਤੇ ਤੇ ਤੁਰਨ ਵਾਲਾ ਵਿਅਕਤੀ ਜਿਹੜਾ ਵੀ ਕੱਪੜਾ ਆਪਣੇ ਗਾਲ ਪਾਏਗਾ ਨਾ ਉਹ ਕੱਪੜੇ ਦੀ ਕੀਮਤ ਵੀ ਉਹਦੇ ਨਾਲ ਜੁੜ ਕੇ ਮਹਿੰਗੀ ਹੋ ਜਾਣੀ। ਕੱਪੜਿਆਂ ਨਾਲ ਬੰਦਾ ਮਹਿੰਗਾ ਨਹੀਂ ਹੁੰਦਾ। ਹੁਣ ਤੁਸੀਂ ਵੇਖੋ ਕਿਸੇ ਹੁਣ ਕਿਸੇ ਡੀਸੀ ਦੇ ਕੱਪੜੇ ਪਾਏ ਹੋਣ। ਮੈਂ ਕਹਿੰਦਾ ਸਿੰਪਲ ਕੱਪੜੇ ਵੀ ਪਾਏ ਹੋਣ ਨਾ। ਡੀਸੀ ਦੇ ਪਏ ਗਾਲ ਕੱਪੜੇ ਨਾ ਉਦੇ ਉਹਦੇ ਕਰਕੇ ਕੱਪੜੇ ਵੀ ਮਹਿੰਗੇ ਹੋ ਗਏ ਨੇ ਤੇ ਚੋਰ ਪਖੰਡੀ ਲੁਟੇਰਾ ਲੋਕਾਂ ਦਾ ਹੱਕ ਮਾਰਨ ਵਾਲਾ ਮੈਂ ਕਹਿੰਦਾ ਭਾਵੇਂ 50000 ਦੇ ਵੀ ਕੱਪੜੇ ਪਾ ਲੇ ਮੈਂ ਕਹਿੰਦਾ ਭਾਵੇਂ 70000 ਦੇ ਵੀ ਬੂਟ ਪਾ ਲਿਆ ਇਹੋ ਜਿਹਾ ਪਖੰਡੀ ਕੋਈ ਮਹਿੰਗੇ ਬੂਟ ਪਾਉਣ ਨਾਲ ਮਹਿੰਗੇ ਨਹੀਂ ਹੁੰਦਾ ਕੋਈ ਮਹਿੰਗੇ ਕੱਪੜੇ ਪਾਉਣ ਨਾਲ ਕੋ ਮਹਿੰਗਾ ਨਹੀਂ ਹੁੰਦਾ ਜਦੋਂ ਬੰਦੇ ਦਾ ਕਰਤਾਰ ਮਹਿੰਗਾ ਹੋਵੇ ਨਾ ਕੱਪੜੇ ਸਹਾਰਨ ਪਾ ਕੇ ਵੀ ਬੰਦਾ ਕੱਪੜਿਆਂ ਦੀ ਕੀਮਤ ਵੀ ਵਧਾ ਦਿੰਦਾ ਹੈ ਕੀਮਤ ਆਪਣੇ ਆਪ ਕਿਉਂ ਕਿਉਂਕਿ ਬੰਦਾ ਹੁਣ ਜੱਜ ਹੈ ਪੁਲਿਸ ਅਫਸਰ ਹੈ ਡੀਸੀ ਹੈ ਆਪਣੇ ਉੱਚੇ ਅਹੁਦੇ ਤੇ ਬੈਠਾ ਹੈ ਸਿੰਪਲ ਕੱਪੜੇ ਵੀ ਪਾ ਕੇ ਬੈਠਾ ਹੋਏਗਾ ਨਾ ਉਹਦੇ ਉੱਚੇ ਅਹੁਦੇ ਨੇ ਉਹਨਾਂ ਕੱਪੜਿਆਂ ਜਿਹੜੇ ਗਲ ਪਿਆ ਕਪੜਾ ਨਾ ਉਹਦੀ ਵੀ ਕੀਮਤ ਵਧਾ ਦਿੱਤੀ ਕਿਉਂਕਿ ਅੰਦਰ ਗੋਣ ਹੈ ਅੰਦਰ ਕੁਆਲਿਟੀ ਹੈ ਗੁਰੂ ਸਾਹਿਬ ਇਹੋ ਗੱਲ ਸਮਝਾਉਂਦੇ ਨੇ ਪਿਆਰਿਆ ਸੱਚ ਨਾਲ ਜੋੜ ਮਨ ਤਨ ਫਭ ਜਿੰਨੀ ਸੱਚ ਅਰਾਧਿਆ ਉਹਦਾ ਮਨ ਵੀ ਉਹਦਾ ਤਨ ਵੀ ਪਹਿਲਾਂ ਮਨ ਸ਼ਬਦ ਵਰਤੇ ਆ ਉਦਾ ਮਨ ਵੀ ਫੱਬੂਗਾ ਤੇ ਤਨ ਵੀ ਫੱਬੂਗਾ ਅੱਜ ਪ੍ਰੋਬਲਮ ਪਤਾ ਕੀ ਹੈ ਤਨ ਫਬਾਉਣ ਤੇ ਬਹੁਤ ਜੋਰ ਹੈ ਮਨ ਫੱਬਦਾ ਹੀ ਨਹੀਂ ਫੱਬਦਾ ਜੀ ਅੱਜ ਪੁੱਤਰਾ ਧੀਾਂ ਦੇ ਜਦੋਂ ਅਨੰਦ ਕਾਰਜ ਹੁੰਦੇ ਆ ਤਿਆਰ ਹੋਣ ਜਾਂਦੀ ਹੈ ਲੜਕੀ ਲੜਕਾ ਵੀ ਤਿਆਰ ਹੁੰਦਾ ਸਪੈਸ਼ਲ ਉਹਨੂੰ ਕਿਨੇ ਕਿਨੇ ਘੰਟੇ ਲਾ ਕੇ ਤਿਆਰ ਕਰਦੇ ਦਾ ਤਨ ਫਬਾਉਣ ਤੇ ਜੋਰ ਹੈ ਮਨ ਤੇ ਫੱਬੇ ਨਹੀਂ ਮਨ ਫੱਬਿਆ ਹੁੰਦਾ ਤੇ ਤਲਾਕ ਕਿਉਂ ਹੁੰਦਾ ਸਾਡੇ ਜੇ ਮਨ ਫੱਬਦੇ ਸਾਡੇ ਡਿਵੋਰਸ ਕਿਉਂ ਹੁੰਦੇ ਸਾਡੇ ਜਿਹੜੇ ਫੋਫੜਰ ਨੂੰ ਕੋਲੋਂ ਮਿਲਨੀਆਂ ਕਰਾਉਂਦੇ ਆ ਜਿਹੜੇ ਮਾਮੇ ਕੋਲੋਂ ਜਫੀਆਂ ਪਾਉਂਦੇ ਮਿਲਣੀ ਵੇਲੇ ਫਿਰ ਉਹਨੂੰ ਮਾਮੇ ਨੂੰ ਤੇ ਪਤਾ ਵੀ ਨਹੀਂ ਹੁੰਦਾ ਵੀ ਜਿਹੜੇ ਵਿਆਹ ਮੈਂ ਗਿਆ ਸੀ ਉਹ ਸੁਖਣਾ ਹੋਣ ਤੇ ਉਹ ਤਲਾਕ ਵੀ ਹੋ ਗਿਆ ਫਿਰ ਦੱਸਦੇ ਵੀ ਨਹੀਂ ਕਿਸੇ ਨੂੰ ਸ਼ਰਮ ਦੇ ਮਾਰਿਆ ਕਿਉਂਕਿ ਸਾੜਾ-ਥੜਾ ਪੈਕੀਆਂ ਦੇਲ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ ਮਨ ਮੋਤੀ ਜੇ ਗਹਿਣਾ ਹੋਵੇ ਸੀ ਨਾ ਹੁਣ ਬਾਹਰਲੇ ਗਹਿਣੇ ਤੇ ਹੋਦਾ ਕਿਸੇ ਕੋ ਹੈਗੇ ਕਿ ਕੋਈ ਨਹੀਂ ਹੈਗੇ ਪਾਉਣ ਲਈ ਪਰ ਇਹ ਜਿਹੜਾ ਮਨ ਮੋਤੀ ਜੇ ਗਹਿਣਾ ਹੋਵੇ ਇਹ ਪੂਣਾ ਸੀ ਆਪਣੀ ਜ਼ਿੰਦਗੀ ਦੀ ਪਹਿ ਕਿਆਂ ਦੇ ਸਲਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੂ ਤਾਂ ਸੁਹਾਗਣ ਜਾਣੀ ਲੱਗੀ ਜਾਂ ਸ਼ੈਤਰੇ ਪਿਆਰੋ ਹੁਣ ਗੁਰੂ ਸਾਹਿਬ ਜਿੱਥੇ ਕਹਿੰਦੇ ਨੇ ਜਿੰਨੀ ਸੱਚ ਅਰਾਧੇ ਆ ਨਾਨਕ ਮਨ ਤਨ ਫੱਬੋ ਹੈ ਨਾਨਕ ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ ਉਹਨਾਂ ਦਾ ਮਨ ਵੀ ਤੇ ਉਹਨਾਂ ਦਾ ਤਨ ਵੀ ਸੋਹਣਾ ਬਣ ਗਿਆ ਸੇ ਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਸੁੰਦਰਤਾ ਗੁਰੂ ਕੋਲੋਂ ਮਿਲਦੀ ਹੈ ਉਹ ਜਿਹੜੀ ਸੁੰਦਰਤਾ ਨਾ ਗੁਰੂ ਫਿਰ ਅੰਦਰੋਂ ਦਿੰਦਾ ਜਦੋਂ ਤੁਹਾਡਾ ਮਨ ਖੂਬ ਸੂਰਤ ਹੋਵੇ ਤੁਹਾਡੀ ਸਕਿਨ ਕਿਦਾਂ ਦੀ ਆ ਤੁਹਾਡਾ ਰੰਗ ਚਿੱਟਾ ਆ ਤੁਹਾਡਾ ਰੰਗ ਕਾਲਾ ਆ ਤੁਹਾਡੇ ਨੈਣ ਨਖਸ਼ ਟਿੱਡ ਇਹ ਗੱਲਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਮੁਰਖ ਰਹਿ ਜਾਂਦਾ ਕੋਈ ਨਾ ਜੀ ਨਾ ਸਵਾਲ ਨਹੀਂ ਪਤਾ ਹੁੰਦਾ ਸਰੀਰ ਦੀ ਸੁੰਦਰਤਾ ਨਾ ਥੋੜੇ ਸਮੇਂ ਲਈ ਤੇ ਤੁਹਾਨੂੰ ਲੁਭਾਇਮਾਨ ਹੋ ਸਕਦੀ ਹੈ ਖਿੱਚ ਪਾ ਸਕਦੀ ਹੈ ਪਰ ਸਦਾ ਬਾਹਰ ਜਿਹੜੀ ਸੁੰਦਰਤਾ ਉਹ ਤੁਹਾਡੇ ਕਰੈਕਟਰ ਦੀ ਹੈ ਤੁਹਾਡੇ ਕਰਦਾਰ ਦੀ ਹੈ ਤੁਹਾਡੇ ਆਚਰਣ ਦੀ ਹੈ ਤੁਹਾਡੇ ਮੇਲ ਵਰਤਨ ਦੀ ਵੈਸੇ ਦੋ ਰੂਪ ਆ ਇੱਕ ਬਾਹਰਲਾ ਇੱਕ ਅੰਦਰਲਾ ਇਸੇ ਨੂੰ ਬਾਣੀ ਚ ਬਾਰ ਬਾਰ ਸ਼ਬਦ ਵਰਤੇ ਗਏ ਨੇ ਏਕ ਸੁਆਨ ਦੋਈ ਸੁਆਨੀ ਨਾਲ ਭਲਕੇ ਪੌਕੇ ਸੁਦਾ ਬਿਆਲ ਕੂੜ ਸ਼ੁਰਾ ਮੁੱਠਾ ਮਰਦਾਰ ਧਣਕ ਰੂਪ ਰਹਾ ਕਰਤਾਰ ਧਣਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹੂੰ بگੜੇ ਰੂਪ ਰਹਾ ਬਿਖੜਾਲ بگੜੇ ਰੂਪ ਮੇਰਾ ਰੂਪ ਵਿਗੜ ਗਿਆ ਕਿਹੜਾ ਰੂਪ ਇੱਕ ਅੰਦਰ ਦਾ ਰੂਪ ਹੁੰਦਾ ਇੱਕ ਬਾਹਰਲਾ ਰੂਪ ਹੁੰਦਾ بگੜੇ ਰੂਪ ਰੂਪ ਅੰਦਰ ਦਾ ਵਿਗੜ ਗਿਆ ਨਾ ਅੰਦਰ ਦਾ ਰੂਪ ਕੋਝਾ ਹੋ ਗਿਆ ਪਿਛੇ ਆਪਾਂ ਸ਼ਲੋਕ ਚ ਪੜ ਚੁੱਕੇ ਹ ਖੁਬੜੀ ਕੋਥਾਂ ਮਿੱਟੀ ਗਲਣ ਕੁਮੰਤਰੀਆ ਨਾਨਕ ਸਹੀ ਉਭਰੇ ਜਿੰਨਾ ਭਾਗ ਮਥਾ ਜਿਨ੍ਹਾਂ ਦੇ ਮਥਰੇ ਭਾਗ ਜਾ ਕੇ ਉਹ ਹੀ ਇਸ ਜਿੱਲਣ ਚੋਂ ਬਾਹਰ ਨਿਕਲਣ ਵਾਸਤੇ ਤਰਲਾ ਲੈਂਦੇ ਨੇ ਜਿਨ੍ਹਾਂ ਦੇ ਮਥੇ ਦੇ ਭਾਗ ਜਾ ਕੇ ਜਿਨ੍ਹਾਂ ਨੇ ਆਪਣੇ ਤਾਂ ਸੱਚ ਦੀ ਵਿਚਾਰ ਲੈ ਆਂਦੀ ਉਹ ਫਿਰ ਇਸ ਨੀਂ ਚੋਟਦੇ ਆ ਸੁੱਤੜੇ ਸੁਖੀ ਸਵਨ ਉਹ ਫਿਰ ਆਤਮਕ ਖੇੜਾ ਮੰਨਦੇ ਆ ਜੋ ਰ ਤੇ ਸ਼ੈ ਆਪਣੇ ਜਿਹੜੇ ਆਪਣੇ ਸ਼ੈ ਨਰਤੇ ਹੋਏ ਪ੍ਰੇਮ ਵਿशोਹਾ ਤਣੀ ਸਿਓ ਪਰ ਜਿਨ੍ਹਾਂ ਦਾ ਧਣੀ ਨਾਲੋਂ ਸੱਚ ਨਾਲੋਂ ਵਿਛੋੜਾ ਪੈ ਗਿਆ ਅਠੇ ਪੈਰ ਲਵਨ ਉਹ ਅਠੇ ਪੈਰ ਲੋਨ ਲੋ ਕਰਦੇ ਫਿਰਦੇ ਆ ਤੇ ਅਗਲੇ ਸ਼ਲੋਕ ਚ ਕਹਤਾ ਸਤੜੇ ਅਸੰਖ ਮਾਇਆ ਝੂਠੀ ਕਰਨੇ ਇਸ ਝੂਠੀ ਮਾਇਆ ਦੇ ਕਾਰਨ ਅਸੰਖ ਲੋਕ ਹੀ ਇਸ ਗਫਲ ਦੀ ਨੀਂਦੀ ਸੁੱਤੇ ਪਏ ਨੇ ਨਾਨਕ ਸੇ ਜਾਗਨ ਦੀ ਰਸਨਾ ਨਾਮ ਉਚਾਰਨੇ ਤੇ 14 ਨੰਬਰ ਸਲੋਕ ਕਹਤਾ ਮ੍ਰਿਗ ਤੁਸ਼ਨਾ ਪੇਖਪੁਰ ਕਿੰਨੇ ਕਿੰਨੇ ਸਲੋਕਾਂ ਦੀ ਆਪਸ ਵਿੱਚ ਅਟੈਚਮੈਂਟ ਹੈ ਇਹਨਾਂ ਲੱਗਦਾ ਨਹੀਂ ਜਿਵੇਂ ਗੁਰੂ ਸਾਹਿਬ ਇਹਦਾ ਲੜੀ ਪਰੋ ਕੇ ਇੱਕ ਲੈਸਨ ਦੇ ਰਹੇ ਨੇ ਸਾਨੂੰ ਸਟੂਡੈਂਟ ਨੂੰ ਇਦਾਂ ਇਦਾਂ ਹੋਮਵਰਕ ਕਰਕੇ ਆ ਤੈਨੂੰ ਸਮਝ ਆ ਜੂ ਇਹਨਾਂ ਵਿਸ਼ਿਆਂ ਦੀ ਪ੍ਰਕਾਸ਼ ਕਿਤੇ ਅਸੀਂ ਇਹਨਾਂ ਦੀ ਗਿਣਤੀਆਂ ਮਿੰਤੀਆਂ ਦੇ ਪਾਠ ਕਰਨ ਦੀ ਬਜਾਏ ਇਕੋਤਰੀਆਂ ਕਰਨ ਦੀ ਬਜਾਏ ਇਹਨੂੰ ਬੈਠ ਕੇ ਸਮਝਿਆ ਹੁੰਦਾ ਤੇ ਸਾਡਾ ਮਨ ਵੀ ਸੋਹਣਾ ਬਣਦਾ ਤੇ ਸਾਡਾ ਤਨ ਵੀ ਸੋਹਣਾ ਬਣਦਾ ਆਓ ਆਪਣੇ ਮਨ ਨੂੰ ਸੋਹਣਾ ਬਣਾਉਣ ਲਈ ਗੁਰੂ ਦੇ ਇਸ ਸ਼ਬਦ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਈਏ ਤੇ ਜ਼ਿੰਦਗੀ ਜਿਉਣ ਦਾ ਤਰੀਕਾ ਗੁਰੂ ਕੋਲੋਂ ਸਿੱਖਣ ਦਾ ਯਤਨ ਕਰੀਏ 14 ਨੰਬਰ ਸ਼ਲੋਕ ਦੀ ਵਿਚਾਰ ਆ ਪੰਜ ਬੜੇ ਪਿਆਰ ਨਾਲ ਸਾਂਝੀ ਕੀਤੀ ਹੈ ਸਾਰਿਆਂ ਦਾ ਧੰਨਵਾਦ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ